ਲੱਸੀ ਵੀ ਹੈ, ਦਹੀਂ ਵੀ ਹੈ, ਮਾਲਪੂੜੇ ਵੀ ਹਨ ਔਰ ਘਿਓਰ ਵੀ ਹੈ ਤੇ ਚਾਹੀਦਾ ਵੀ ਬੰਦੋਬਸਤ ਹੈ ਕੀ ਕਿ ਅੱਜਕੱਲ ਲੱਸੀ ਤੇ ਦਹੀਂ ਲੋਕਾਂ ਘੱਟ ਗਿਆ ਪਈਦਾ ਤੇ ਚਾਹ ਵੀ ਤੁਸੀਂ ਪਤਾ ਵੀ ਚਾਹ ਤੇ ਅੱਜਕੱਲ ਆਮ ਹੈ ਨਾ, ਬੰਦਾ ਜਿਸ ਵੇਲੇ ਬੜ ਲੈ ਉੱਠਦਾ ਤੇ ਜਿੰਨੇ ਚਿਰ ਤੁਸੀਂ ਚਾਹ ਨਹੀਂ ਦਿਓ ਇੰਨੇ ਚਿਰ ਉਹ ਬਿਸਤਰੇ ਪਰ ਹਿਲਦਾ ਕਿ ਨਹੀਂ, ਹੁਣ ਸ਼ਾਹੀ ਵਾਲੇ ਤੇ ਲੱਸੀਆਂ ਵਾਲੇ ਜਮਾਨੇ ਕੇ ਗੇਟ ਰੁਹੀ ਦੇ ਘਿਓਰ ਮਾਰਾ ਹੈ ਭਈ ਆਪਣੇ ਆਸੇ ਤੇ ਇਹ ਦੇਖੇਦਾ ਭਈ ਜਿਸ ਵੇਲੇ ਜਾਗਤ ਵਿਆਹ ਕਰਨ ਜਾਂਦਾ ਹੈ ਤੇ ਉਸ ਵੇਲੇ ਗਏ ਖਲਾਏ ਜਾਂਦੇ ਸਮਾਂ ਇੱਕ ਵਾਰੀ ਕੀ ਕਿ ਉਸ ਵੇਲੇ ਖਾਣੇ ਪੀਣੇ ਦੇ ਵੀ ਇੰਨੇ ਸਾਧਨ ਨਹੀਂ ਹੁੰਦੇ ਤੇ ਕੁਦੈ ਵਿਆਹ ਕਾਰਜਾਂ 'ਚ ਜਾਂ ਕੁਦੈ ਖਾਸ ਪਰਾਉਣਾ ਕੋਈ ਆਉਣਾ ਤੇ ਉਸੀ ਕੇ ਘਿਓਰ ਹੁੰਦੇ ਖਾਣੇ ਕੀ ਤੇ ਮੈਨੂੰ ਲੱਗਦਾ ਭਈ ਨਵੀਂ ਜਿਹੜੀ ਪੀੜ੍ਹੀ ਹੈ ਉਹਦੇ 'ਚ ਘਿਓਰ ਬਣਾਉਣੇ ਦੀ ਕਲਾ ਵੀ ਘੱਟ ਵੱਧ ਕੇ ਰਹਿੰਦੀ ਹੈ ਕੀ ਕਿ ਲੋਕ ਹੁਣ ਨਾ ਖਾਂਦੇ ਨੇ ਤੇ ਨਾ ਬਣਾਉਂਦੇ ਨੇ, ਜ਼ਿਆਦਾਤਰ ਜਿਹੜੇ ਲੋਕ ਨੂੰ ਗੈਸ ਬਣਾਉਂਦੀ ਹੈ ਤੇ ਗੈਸਾਂ ਬਰਾਖਦੇ ਭਈ ਪਕਵਾਨ ਜਿਹੜਾ ਉਹ ਬੰਦ ਹੈ। ਹਾਂ, ਗ੍ਰਾਹੀ ਪਿੰਡੇ 'ਚ ਅਜੇ ਵੀ ਘਿਓਰ ਬਣਦੇ ਨੇ ਔਰ ਇੱਥੇ ਵੀ ਘਿਓਰ ਬਣਾ ਕਰਦੇ ਨੇ, ਇਹ ਤੁਸੀਂ ਦੇਖੀ ਸਕਦੇ ਹੋ। ਔਰ ਘਿਓਰ ਬਣਾਉਣੇ ਦੀ ਵੀ ਇੱਕ ਕਲਾਕਾਰੀ ਹੈ, ਬਾਕੀ ਚੀਜ਼ਾਂ ਅਗਰ ਤੁਸੀਂ ਫੁਲਕਾ ਪਕਾਉਣਾ ਤਾਂ ਤੁਸੀਂ ਤਵੇ ਉੱਪਰ ਬੇਲੀ ਸਕਦੇ ਹੋ, ਢੋਡਾ ਪਕਾਉਣਾ ਤੇ ਤੁਸੀਂ ਆਪਣੇ ਹੱਥੇ ਉੱਪਰ ਬਣਾਈ ਸਕਦੇ ਹੋ, ਪਰ ਘਿਓਰ ਪਕਾਉਂਦੇ ਮੌਕੇ ਤੁਸੀਂ ਕੀ ਹੱਥ ਚੁਣਕਣੇ ਪਾਉਂਦੇ, ਕੀ ਹੈ ਨਾ ਹੱਥ ਚੁਣਕਣੇ ਪਾਉਂਦੇ ਨੇ। ਹਾਂਜੀ, ਇਹ ਕੋਈ ਸਿੱਧੀ ਸਾਦੀ ਕਲਾਕਾਰੀ ਨਹੀਂ ਹੈ, ਇਹ ਬੜੀ ਲੰਮੀ ਕਲਾਕਾਰੀ ਹੈ। ਤੇ ਪਹਿਲਾਂ ਤੁਸੀਂ ਇੱਕ ਘਿਓਰ ਪਕਾਈਏ ਦੱਸੋ ਬਾਕੀ ਵਾਲੇ ਕੀ, ਇੱਥੋਂ ਦੇਖੋ ਬਈ ਘਿਓਰ ਪਕਦਾ ਕੀ ਹੈ। ਇਹਦੇ 'ਚ ਮੈਦਾ, ਮੈਦਾ, ਨਮਕ, ਤੇ ਹੋਰ ਇਹਦੇ 'ਚ ਘਿਓ ਪਾਉਂਦੇ ਅਸ। ਆਟਾ ਨਹੀਂ ਯੂਜ਼ ਹੋਤਾ? ਨਹੀਂ ਨਹੀਂ, ਆਟਾ ਨਹੀਂ ਹੋਤਾ, ਮੈਦੇ ਕਾ ਹੀ ਬਣਤੇ ਹੈ। ਅੱਛਾ, ਬਨਾਨਾ ਗੋਲ ਗੋਲ ਹੀ ਹੋਤਾ? ਹਾਂ, ਗੋਲ ਗੋਲ, ਇਹ ਪਤਲਾ ਹੀ ਹੋਤਾ। ਇਹ ਤੁਸੀਂ ਦੇਖੀ ਸਕਦੇ ਹੋ ਕਿ ਨਹੀਂ, ਇਹ ਚਿੱਲੀ ਵਾਲਾ ਲੇਖਾ ਨਹੀਂ ਬਣਾ ਦਾ? ਨਹੀਂ, ਇਹ ਚਿੱਲਾ ਅਲੱਗ ਹੁੰਦਾ ਤੇ ਲੇਖਣ ਬਣਦਾ ਇਹ ਇਸੇ ਦੇ ਹੱਥ ਝੁਣਕੀ ਝੁਣਕੀ ਬਣਾਉਂਦੇ ਨੇ, ਬੜੇ ਮੋਰ ਮੋਰ ਚਿੱਤਰ ਮੋਰ ਪਾਉਂਦੇ ਨੇ ਇਹਦਾ ਪਰ। ਹਾਂ, ਚਿੱਲਾ ਇਹਾਂ ਕਰੀਏ ਬਣਾਉਂਦੇ ਸਾਫ, ਉਹ ਬਿਲਕੁਲ ਇਹਾਂ ਹੱਥ ਸਾਫ ਫੇਰਦੇ, ਇਹ ਜਿਹੜਾ ਘਿਓਰ ਹੁੰਦਾ ਇਹ ਇਹਾਂ ਕਰੀਏ ਬਣਦਾ, ਪਤਲਾ ਬਣਦਾ ਉਹ। ਅੱਛਾ, ਇਸੇ ਘਿਓਰ ਆਖਦੇ ਨੇ? ਨਹੀਂ, ਚਿੱਲੇ ਤੇ ਉਹ ਤੇ ਆਟੇ ਦਾ ਬਣਦਾ ਨਾ, ਆਟਾ ਤੇ ਉਹਦੇ 'ਚ ਮਿੱਠਾ ਪਾਣੀ ਪਾਉਂਦਾ? ਨਹੀਂ, ਉਹ ਚਿੱਲੇ 'ਚ ਨਹੀਂ ਮਿੱਠਾ ਪਾਉਂਦੇ। ਨਹੀਂ ਨਹੀਂ, ਚਿੱਲਾ ਮਿੱਠਾ ਹੁੰਦਾ, ਨਮਕ ਵੀ ਹੁੰਦਾ ਆਪਣੇ ਸਵਾਦ ਅਨੁਸਾਰ, ਲੋਕ ਮਿੱਠਾ 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 ਵੀ ਹੁੰਦਾ। ਹਾਂ, ਖੰਡ ਤੇ ਦਹੀਂ ਮੁਫ਼ਤ ਤ੍ਰੀਹ ਰੁਪਏ ਦਾ? ਉਹਦੇ ਕੰਨੇ ਖੰਡ ਤੇ ਦਹੀਂ ਜਿਹੜਾ ਉਹ ਤੁਸੀਂ ਤੇ ਦਹੀਂ ਕੋਈ ਸ਼ੈਲ ਕੋਲੀ ਭਰੀ ਜਾਂ ਛੜਾ? ਨਹੀਂ ਨਹੀਂ, ਇਹਦੇ ਕੰਨੇ ਕੋਲੀ ਭਰੀਏ ਦੀ ਜੀਆਂ ਕੋ ਆਖਣ। ਤੇ ਜੇ ਕੋਈ ਥੋੜਾ ਚਿੱਲਾ ਬਚੀ ਆ ਤੇ ਦਹੀਂ ਮੁੱਕੀ ਆ ਤੇ ਫਿਰ ਹੋਰ ਵੀ ਥੋਈ ਹੋਰ? ਹਾਂ, ਥੋਈ ਜਾਂਦਾ। ਹਾਂ, ਤੁਸੀਂ ਭਾਈ ਅਗਰ ਘਿਓਰ ਖਾ ਰਹੇ ਹੋ ਤੇ ਜੇ ਦਹੀਂ ਮੁੱਕੀ ਜਾਂਦਾ ਤੇ ਤੁਸੀਂ ਹੋਰ ਵੀ ਇਹਦੇ ਕੋਲੋਂ ਲੈ ਸਕਦੇ ਹੋ, ਤੇ ਜੇ ਤੁਸੀਂ ਚਾਹੁੰਦੇ ਹੋ ਭਾਈ ਮਤਾ ਦਹੀਂ ਖਾਣਾ ਤੇ ਤੁਸੀਂ ਮਤਾ ਵੀ ਖਾਈ ਸਕਦੇ ਹੋ। ਮਤਾ ਵੀ ਖਾਈ ਸਕਦੇ ਉਹਦੇ 'ਚ, ਹਾਂ ਉਹਦੇ 'ਚ ਕੋਈ ਉਹ ਨਹੀਂ ਹੈ ਦਿੱਕਤ ਕੋਈ। ਤੇ ਲੋਕੀ ਇਹ ਹੈ ਇਸ ਬੱਕੀ ਕੋਈ ਪਤਾ ਹੈ ਸਵਾਦ ਦਾ? ਇਹਦਾ ਸਵਾਦ ਹੈ, ਲੋਕੀ ਪਤਾ ਸਵਾਦ। ਹਾਂ, ਜਿਹੜੇ ਸ਼ਹਿਰੇ ਨਗਰੇ ਚ ਆਵਾਦੇ ਉਹ ਖਾਦੇ, ਸ਼ਹਿਰੇ ਸਿਟੀ ਬਾਹਰ ਦੇ ਆਵਾਦੇ ਉਹ ਖਾਦੇ, ਲੋਕਲ ਨਹੀਂ ਖਾਦੇ, ਲੋਕਲ ਹੀ ਪਤਾ, ਲੋਕਲ ਹੀ ਪਤਾ ਬਈ। ਅੱਛਾ, ਕੁਥੋਂ ਕੁਥੋਂ ਲੋਕ ਆਵਾਦੇ ਖਾਣੇ? ਕੀ ਉਰਦੂ ਬੜੇ ਦੂਰ ਦੂਰ ਦਾ ਆਵਾਦਾ, ਹਿਮਾਚਲ ਦਾ ਆਵਾਦੇ, ਲਖਨਊ ਦੇ, ਦਿੱਲੀ ਦੇ। ਅੱਛਾ, ਲੇਕਿਨ ਨਹੀਂ ਪਤਾ ਬਈ ਇਹ ਘਿਓਰ ਹੈ? ਨਹੀਂ ਨਹੀਂ, ਉਹਨੇ ਸੁਣਾਉਣਾ ਪਾਉਂਦਾ। ਅੱਛਾ, ਉਹ ਟੇਸਟ ਕੇਰਲਾ ਵਾਲੇ ਵੀ ਖਾਈਏ? ਹਾਂ, ਉਹ ਵੀ ਖਾਈਏ ਗੇ। ਅੱਛਾ, ਕਲਕੱਤੇ ਦਾ ਆਏ ਦੇ, ਦਿੱਲੀ ਦਾ ਆਏ ਦੇ। ਅੱਛਾ, ਤੇ ਉਹਦੇ ਉਹਨਾਂ ਜਨਾਨੀਆਂ ਵੀ ਆਈਆਂ? ਹਾਂ, ਤੇ ਉਹਨੇ ਆਖਿਆ ਨਹੀਂ ਭਈ ਅਸੀਂ ਵੀ ਜਾ ਸਕਾਓ?
ਦੇਖੋ ਜੀ ਅੱਜ ਕੱਲ ਜਮਾਨਾ ਹਾਈ ਟੈਕ ਹੈ ਤੇ ਇੱਧਰ ਮਹਾਰਾਜ ਮਾਲ ਪੂੜੇ ਪੱਕਾ ਦੇਣ ਤੇ ਉਹ ਵੀ ਦੱਸਣੇ ਤੁਸੀਂ ਪਹਿਲਾਂ ਦੇਖੋ ਵੀਦੀ ਪਕਾਣੇ ਦੀ। ਅੱਛਾ ਮਾਲ ਪੂੜੇ ਚ ਕੀ ਕੀ ਪਾਇਆ ਤੁਸੀਂ? ਇਹ ਭਈਆ ਸੂਜੀ ਪਾਈ ਦੀ, ਮੈਦਾ ਪਾਇਆ ਦਾ, ਸੌਂਫ ਪਾਈ ਦੀ ਹੈ, ਚੀਨੀ ਪਾਈ ਦੀ ਹੈ। ਅੱਛਾ ਆਂਦੇ ਪੀ ਗੁੜ ਵਾਲੇ ਨਹੀਂ ਹੈ? ਗੁੜ ਵਾਲੇ ਨਹੀਂ ਹੈ, ਇਹਨਾਂ ਗੁੜਿਆ ਦੇ ਵੀ ਕਾਲੇ ਹੋ ਜਾਂਦੇ ਨਾ। ਬਿਲਕੁਲ ਬਿਲਕੁਲ, ਇਹ ਸ਼ੈਲ ਹੁੰਦੇ ਇੰਗੇ, ਖਾਲੀ ਕੇ ਗੁੜ ਵਾਲੇ ਸਵਾਦਲੇ ਹੁੰਦੇ। ਹਾਂ ਗੁੜਿਆ ਦੇ ਸਵਾਦ, ਲੇਕਿਨ ਮਾਰੇ ਅੱਜ ਕੱਲ ਫੈਸ਼ਨ ਹੈ ਲੋਕ ਕਾਲੀ ਚੀਜ਼ ਖਾਂਦੇ ਨਹੀਂ। ਤੇ ਇਹ ਕਿੰਨੀਆਂ ਪਲੇਟ ਦੇ ਆਦੇ ਤੁਸੀਂ? ਇਹ ਅਸ 20 ਰੁਪਏ ਦੀ ਪਲੇਟ ਵੀ ਦਿੰਨੇ ਆ। ਅੱਛਾ ਪਲੇਟਾਂ ਕਿੰਨੇ ਆਉਂਦੇ ਨੇ ਮਾਲ? 2 ਪੀਸ ਵੀ ਆਉਂਦੇ ਨੇ। ਅੱਛਾ ਹਾਂ, ਤੇ ਕਈ ਵਾਰੀ ਵੱਡੇ ਵੱਡੇ ਹੁੰਦੇ ਵੀ ਇੱਕ ਵੀ ਪਾਈ ਲੈਣੇ ਪਲੇਟ ਵਿੱਚ। ਅੱਛਾ ਦਹੀਂ ਵੀ ਦਿੰਨੇ ਆ ਕੰਨੇ, ਦਹੀਂ ਆਖੇ ਕੋਈ ਦਹੀਂ ਵੀ ਆਂਦਾ ਤਾਂ ਕੰਨੇ ਆਹ। ਅੱਛਾ ਦਹੀਂ ਵੀ ਦਿੰਨੇ ਹੁੰਨੇ ਆ। ਤੇ ਕਿੰਨੇ ਵੇ ਕੰਮ ਇਹ ਸ਼ੁਰੂ ਕਰਦੇ ਹੋ ਮਾਲ ਪੂਣੇ ਵਾਲਾ? ਇਹ ਅਸ ਸਵੇਰੇ ਆਏ ਕੋਈ 10:30 ਵਜੇ ਨੇ। ਅੱਛਾ ਹੁਣ ਅਸੀਂ ਸ਼ਾਮੀ ਆਣਾ ਲਾਸਟ 7 ਵਜੇ। ਤੇ ਠੀਕ ਹੈ, ਲੋਕ ਖਾ ਦੇ, ਲੋਕਾਂ ਨੂੰ ਪਤਾ ਵੀ ਮਾਲ ਪੂੜੇ ਦੀ ਕੋਈ ਚੀਜ਼ ਹੈ। ਬੜੇ ਲੱਗਾ ਦੇ ਹੁਣ। ਤੇ ਇਹ ਜਿਹੜਾ ਭਈ ਆਪਣਾ ਅੱਗੇ ਰੱਖਦਾ ਜੀ ਕੋਈ ਚਾਰ ਵਗੈਰਾ? ਚਾਰ ਇਹ ਅੰਬ ਦਾ ਚਾਰ ਆਂਦਾ ਦਾ ਅਸੀਂ ਪਾਈ, ਇਹ ਥੋੜਾ ਹਰ ਗਰਗਲ ਦਾ ਆ ਘਰ ਆਂਦਾ ਦਾ ਬਣਾਈ ਅੰਬ ਦਾ ਚਾਰ। ਇਹ ਮਾਲ ਪੂੜੇ ਕਰਨੇ ਚਾਹੀਏ ਬਖਰਾ? ਇਹ ਨਹੀਂ, ਇਹ ਅਲੱਗ ਵੇਚਣ ਵਾਸਤੇ ਰੱਖਿਆ ਦਾ। ਹਾਂ ਇਹ ਕੋਈ ਟੇਸਟ ਕਰਾਣੀ ਆਖਿਆ ਅਸੀਂ ਦੇ ਲੈਣੇ ਹੁੰਨੇ ਆ। ਅੱਛਾ ਬਾਕੀ ਇਹ ਵੇਚਣ ਵਾਸਤੇ ਆਂਦਾ ਦਹੀਂ ਵੀ ਰੱਖਿਆ ਹੈ। ਅੱਛਾ ਇਹ ਦੇਖੋ ਦਹੀਂ ਵੀ ਘਰਾ ਦਾ? ਦਹੀਂ ਵੀ ਘਰਾ, ਇਹ ਵੀ ਲੱਗਦਾ ਗੋਕਾ ਮਾਂਜਾ ਹੈ? ਨਹੀਂ ਮਾਂਜਾ ਦਹੀਂ ਉਹਨਾਂ ਦਾ ਘਰਾ। ਅੱਛਾ ਅੱਛਾ ਮਾਂਜਾ, ਲੱਸੀ ਵੀ ਰੱਖੀ ਦੀ ਹੈ? ਅੱਛਾ ਲੱਸੀ ਵੀ ਹੈ, ਦਹੀਂ ਵੀ ਹੈ, ਮਾਲ ਪੂੜੇ ਵੀ ਹਨ ਔਰ ਘਿਓਰ ਵੀ ਹੈ। ਤੇ ਚਾਹੀਦਾ ਵੀ ਬੰਦੋਬਸਤ ਹੈ ਕੀ ਕਿ ਅੱਜ ਕੱਲ ਲੱਸੀ ਤੇ ਦਹੀਂ ਲੋਕਾਂ ਨੂੰ ਘੱਟ ਗਿਆ ਪਈਦਾ, ਤੇ ਚਾਹ ਵੀ ਤੁਸੀਂ ਪਤਾ ਵੀ ਚਾਹ ਤੇ ਅੱਜ ਕੱਲ ਆਮ ਹੈ ਨਾ, ਬੰਦਾ ਜਿਸ ਵੇਲੇ ਬੜ ਲੈ ਉੱਠਦਾ ਤੇ ਜਿੰਨੇ ਚਿਰ ਤੁਸੀਂ ਚਾਹ ਨਹੀਂ ਦਿਓ ਇੰਨੇ ਚਿਰ ਉਹ ਬਿਸਤਰੇ ਪਰ ਹਿਲਦਾ ਕਿ ਨਹੀਂ। ਹੁਣ ਸ਼ਾਹੀ ਵਾਲੇ ਤੇ ਲੱਸੀਆਂ ਵਾਲੇ ਜਮਾਨੇ ਕੇ ਗੇਟ ਰੁਈ ਦੇ। ਤੇ ਮਹਾਰਾਜ ਭਾਈ ਤੁਸੀਂ ਆਪਣਾ ਚਿੰਨਕਾ ਜਿਸ ਵੇਲੇ ਵੀ ਆਓ ਤੇ ਇਹ ਮਾਲ ਪੂੜੇ ਵੀ ਤੁਸੀਂ ਤਾਂ ਖਾਈ ਸਕਦੇ ਹੋ, ਘਿਊਰੇ ਦਾ ਆਨੰਦ ਵੀ ਤੁਸੀਂ ਆਣੀਆਂ ਲੈ ਸਕਦੇ ਹੋ ਔਰ ਆਉਣਾ ਚਾਹੀਦਾ। ਔਰ ਇਹ ਡੋਗਰੀ ਜਿਹੜੀ ਸਾਡੀ ਟ੍ਰੈਡੀਸ਼ਨਲ ਚੀਜ਼ਾਂ ਨੇ, ਇਹਦਾ ਆਨੰਦ, ਇਹਦਾ ਲੁਤਫ ਵੀ ਲੈਣਾ ਚਾਹੀਦਾ।